ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅਰਥ ਸ਼ਾਸਤਰ ਦੀ ਕੁਇਜ਼ ਦੇ ਨੰਬਰ 3 ਦੇ ਵਿੱਚ ਕੁਇਜ਼ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪ੍ਰਸ਼ਨ ਤੁਹਾਡੇ ਲਈ ਹਰੀ ਕ੍ਰਾਂਤੀ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਨੀਲੀ ਕ੍ਰਾਂਤੀ ਬਲੂ ਰੈਵਿਊਸ਼ਨ ਕਿਸ ਨਾਲ ਸੰਬੰਧਿਤ ਹੈ एनडी डीबी ਦਾ ਪੂਰਾ ਨਾਮ ਕੀ ਹੈ ਤੁਸੀਂ ਆਪਣੇ ਉੱਤਰ ਹੇਠਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਇਹਨਾਂ ਪ੍ਰਸ਼ਨਾਂ ਬਾਰੇ ਵਿਚਾਰ ਅਸੀਂ ਕੁਇਜ਼ ਦੇ ਅਖੀਰ ਵਿੱਚ ਕਰਾਂਗੇ ਸੋ ਸਾਡੇ ਕੁਇਜ਼ ਦਾ ਅੱਜ ਪਹਿਲਾ ਪ੍ਰਸ਼ਨ ਹੈ ਅਰਥ ਸ਼ਾਸਤਰ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ हाँ जी साडा सही उत्तर है एडम समिथ प्रश्न है भारत दे अर्थशास्त्री पहली बार नोबल पुरस्कार मिले हाँ जी साडा सही उत्तर है अमृत्या सेन ਤੁਹਾਡੀ ਜਾਣਕਾਰੀ ਲਈ ਇੱਥੇ ਦੱਸ ਦਈਏ ਅਮਰਿਤਿਆ ਸਿੰਘ ਜੀ ਨੂੰ ਇਹ ਨੋਬਲ ਪੁਰਸਕਾਰ 1998 ਈਸਵੀ ਦੇ ਵਿੱਚ ਮਿਲਿਆ ਇਹਨਾਂ ਦਾ ਜਨਮ 3 ਨਵੰਬਰ 1933 ਈਸਵੀ ਨੂੰ ਹੋਇਆ ਹਾਂਜੀ ਸਾਡਾ ਅਗਲਾ ਪ੍ਰਸ਼ਨ ਹੈ ਖੇਤੀ ਨੂੰ ਭਾਰਤ ਦੀ ਆਤਮਾ ਕਿਸ ਨੇ ਕਿਹਾ ਹੈ ਹਾਂਜੀ ਸਾਡਾ ਸਹੀ ਉੱਤਰ ਹੈ ਮਹਾਤਮਾ ਗਾਂਧੀ ਹਾਂਜੀ ਸਾਡਾ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਹੋਈ ਹਾਂਜੀ ਸਾਡਾ ਸਹੀ ਉੱਤਰ ਹੈ 1967 ਤੋਂ 1968 ਈਸਵੀ ਇਥੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਸ ਕ੍ਰਾਂਤੀ ਨਾਲ ਅਨਾਜ ਦੇ ਉਤਪਾਦਨ ਵਿੱਚ 1965 ਤੋਂ 1966 ਦੇ ਮੁਕਾਬਲੇ 25% ਵਾਧਾ ਹੋਇਆ। ਇਸ ਕ੍ਰਾਂਤੀ ਨਾਲ ਕਣਕ ਅਤੇ ਚਾਵਲ ਦੇ ਉਤਪਾਦਨ ਵਿੱਚ ਕਈ ਗੁਣਾ ਵਾਧਾ ਹੋਇਆ। ਹਾਂਜੀ, ਸਾਡਾ ਅਗਲਾ ਪ੍ਰਸ਼ਨ ਹੈ ਆਪਰੇਸ਼ਨ ਫਲੱਡ ਦਾ ਸਬੰਧ ਕਿਸ ਨਾਲ ਹੈ? ਹਾਂਜੀ ਸਾਡਾ ਸਹੀ ਉੱਤਰ ਹੈ ਦੁੱਧ ਉਤਪਾਦਨ ਨਾਲ ਇਥੇ ਤੁਹਾਨੂੰ ਦੱਸ ਦਈਏ ਆਪਰੇਸ਼ਨ ਫਲੱਡ ਨੂੰ ਸਫੇਦ ਕ੍ਰਾਂਤੀ ਜਾਂ ਦੁੱਧ ਕ੍ਰਾਂਤੀ ਵੀ ਕਿਹਾ ਜਾਂਦਾ ਹੈ 13 ਜਨਵਰੀ 1970 ਈਸਵੀ ਵਿੱਚ ਸਫੇਦ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ ਇਸ ਤੋਂ ਬਾਅਦ ਲਗਾਤਾਰ ਇਹਦਾ ਦੁੱਧ ਦਾ ਉਤਪਾਦਨ ਸਿਉ ਵਧਦਾ ਗਿਆ ਹਾਂਜੀ ਸਾਡਾ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ 5 ਸਾਲਾਂ ਯੋਜਨਾਵਾਂ ਦੀ ਸ਼ੁਰੂਆਤ ਕਦੋਂ ਹੋਈ ਹਾਂਜੀ ਸਾਡਾ ਸਹੀ ਉੱਤਰ ਹੈ 1951 ਤੋਂ 1956 1951 ਤੇ 56 ਇਹ 5 ਸਾਲਾਂ ਦੀ ਯੋਜਨਾ ਸੀ ਇਹ ਭਾਰਤ ਦੀ ਪਹਿਲੀ 5 ਸਾਲਾਂ ਯੋਜਨਾ ਸੀ ਇਥੇ ਤੁਹਾਨੂੰ ਦੱਸ ਦਈਏ ਇਹ ਯੋਜਨਾ ਹੈਰੋਡ ਡੋਮਰ ਮਾਡਲ ਉੱਤੇ ਆਧਾਰਿਤ ਸੀ ਹਾਂਜੀ ਸਾਡਾ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਕਿਹੜੀ ਪੰਜ ਸਾਲਾਂ ਯੋਜਨਾ ਆਖਰੀ ਯੋਜਨਾ ਸੀ ਹਾਂਜੀ ਸਾਡਾ ਸਹੀ ਉੱਤਰ ਹੈ 12ਵੀਂ ਪੰਜ ਸਾਲਾਂ ਯੋਜਨਾ ਇਥੇ ਤੁਹਾਨੂੰ ਦੱਸ ਦਈਏ 2017 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਸਾਲਾ ਯੋਜਨਾਵਾਂ ਬੰਦ ਕਰ ਦਿੱਤੀਆਂ ਤੇ ਭਾਰਤ ਵਿੱਚ ਜਿਹੜੀ ਆਖਰੀ 5 ਸਾਲਾ ਯੋਜਨਾ ਸੀ ਉਹ 2012 ਤੋਂ 2017 ਦੇ ਵਿੱਚਕਾਰ ਸੀ ਜਿਹੜੀ ਕਿ 12ਵੀਂ 5 ਸਾਲਾ ਯੋਜਨਾ ਸੀ ਠੀਕ ਹੈ ਤੇ ਇਹ ਆਖਰੀ 5 ਸਾਲਾ ਯੋਜਨਾ ਸੀ ਇਸ ਤੋਂ ਬਾਅਦ ਜਿਹੜੀਆਂ 5 ਸਾਲਾ ਯੋਜਨਾਵਾਂ ਸੀ ਉਹ ਬਣਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਹਾਂਜੀ ਸਾਡਾ ਅਗਲਾ ਪ੍ਰਸ਼ਨ ਹੈ ਉਹ ਕਿਹੜੇ ਕਾਰਖਾਨੇ ਉਦਯੋਗ ਹਨ ਜਿਨ੍ਹਾਂ ਵਿੱਚ 3 ਕਰੋੜ ਰੁਪਏ ਤੱਕ ਦੀ ਪੂੰਜੀ ਦਾ ਨਿਵੇਸ਼ ਕੀਤਾ ਜਾਂਦਾ ਹੈ ਹਾਂਜੀ ਸਾਡਾ ਸਹੀ ਉੱਤਰ ਹੈ ਲਘੂ ਉਦਯੋਗ ਹਾਂਜੀ ਸਾਡਾ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਤਕਨੀਕੀ ਵਿਕਾਸ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਹਾਂਜੀ ਤਾਂ ਸਾਡਾ ਸਹੀ ਉੱਤਰ ਹੈ 1976 ਵਿੱਚ ਹਾਂਜੀ ਸਾਡਾ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਉਦਯੋਗਿਕ ਕ੍ਰਾਂਤੀ ਕਦੋਂ ਆਈ ਹਾਂਜੀ ਸਾਡਾ ਸਹੀ ਉੱਤਰ ਹੈ 18ਵੀਂ ਸਦੀ ਵਿੱਚ ਇੱਥੇ ਤੁਹਾਨੂੰ ਦੱਸ ਦਈਏ ਯੂਰਪ ਦੇ ਵਿੱਚ ਉਦਯੋਗਿਕ ਕ੍ਰਾਂਤੀ 16ਵੀਂ ਸਦੀ ਦੇ ਵਿੱਚ ਸ਼ੁਰੂ ਹੋ ਗਈ ਸੀ ਤੇ ਭਾਰਤ ਦੇ ਵਿੱਚ ਇਹ ਉਦਯੋਗਿਕ ਕ੍ਰਾਂਤੀ ਦੋ ਸਦੀਆਂ ਬਾਅਦ ਯਾਨੀ ਕਿ 18ਵੀਂ ਸਦੀ ਦੇ ਵਿੱਚ ਸ਼ੁਰੂ ਹੋਈ ਹਾਂਜੀ ਹੁਣ ਅਸੀਂ ਉਹਨਾਂ ਪ੍ਰਸ਼ਨਾਂ ਦੇ ਬਾਰੇ ਵਿਚਾਰ ਕਰਾਂਗੇ ਜਿਹੜੇ ਅਸੀਂ ਕੁੰਜ ਦੇ ਸ਼ੁਰੂ ਦੇ ਵਿੱਚ ਪੁੱਛੇ ਸਨ ਹਾਂਜੀ ਤਾਂ ਪਹਿਲਾਂ ਅਸੀਂ ਸਾਡਾ ਹਰੀ ਕ੍ਰਾਂਤੀ ਦੇ ਪਿਤਾਮਾ ਐਮ ਐਸ ਸੁਆਮੀ ਨਾਥਨ ਨੂੰ ਕਿਹਾ ਜਾਂਦਾ ਹੈ। ਇਹਨਾਂ ਦੇ ਸਮੇਂ ਖੇਤੀ ਦੇ ਨਵੇਂ-ਨਵੇਂ ਉਜਾਰ, ਤਕਨੀਕਾਂ ਤੇ ਨਵੇਂ-ਨਵੇਂ ੜੇ ਬੀਜ ਪੈਦਾ ਕੀਤੇ ਗਏ ਜਿਸ ਨਾਲ ਹਰੀ ਕ੍ਰਾਂਤੀ ਸੰਭਵ ਹੋਈ। ਹਾਂਜੀ ਅਗਲਾ ਪ੍ਰਸ਼ਨ ਸਾਡਾ ਨੀਲੀ ਕ੍ਰਾਂਤੀ ਬਲੂ ਰੈਬਿਊਲੇਸ਼ਨ ਦਾ ਸਬੰਧ ਮੱਛੀ ਉਤਪਾਦਨ ਨਾਲ ਹੈ। ਇਸ ਕ੍ਰਾਂਤੀ ਕਾਰਨ ਮੱਛੀ ਉਤਪਾਦਨ ਵਿੱਚ ਪਹਿਲਾ ਨਾਲੋਂ ਕਈ ਗੁਣਾ ਵਾਧਾ ਹੋਇਆ ਹਾਂਜੀ ਡਾਕਟਰ ਹੀਰਾ ਲਾਲ ਚੌਧਰੀ ਅਤੇ ਡਾਕਟਰ ਅਰਜੁਨ ਕ੍ਰਿਸ਼ਨਨ ਨੂੰ ਨੀਲੀ ਕ੍ਰਾਂਤੀ ਦੇ ਪਿਤਾਮਾ ਕਿਹਾ ਜਾਂਦਾ ਹੈ ਇਹ ਦੋ ਵਿਅਕਤੀ ਸਨ ਜਿਨ੍ਹਾਂ ਕਰਕੇ ਨੀਲੀ ਕ੍ਰਾਂਤੀ ਨੀਲੀ ਕ੍ਰਾਂਤੀ ਆਈ ਤੇ ਮੱਛੀ ਪਾਲਣ ਦੇ ਉਤਪਾਦਨ ਦੇ ਵਿੱਚ ਵਾਧਾ ਹੋਇਆ ਹਾਂਜੀ ਅੱਗੇ ਐਨ ਡੀ ਡੀ ਵੀ ਦਾ ਪੂਰਾ ਨਾਮ ਹੈ ਨੈਸ਼ਨਲ ਡੈਰੀ ਡਿਵੈਲਪਮੈਂਟ ਬੋਰਡ ਇਸ ਬੋਰਡ ਦੀ ਸਥਾਪਨਾ ਕਾਰਨ ਹੀ ਭਾਰਤ ਵਿੱਚ ਸਫੇਦ ਕ੍ਰਾਂਤੀ ਯਾਨੀ ਕਿ ਦੁੱਧ ਕ੍ਰਾਂਤੀ ਸੰਭਵ ਹੋਈ ਤੇ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਦੁੱਧ ਦਾ ਉਤਪਾਦਨ ਸਿਉ ਕੀਤਾ ਜਾਣ ਲੱਗਾ ਉਮੀਦ ਹੈ ਤੁਹਾਨੂੰ ਅੱਜ ਦਾ ਕੁਇਜ਼ ਪਸੰਦ ਆਇਆ ਹੋਵੇਗਾ ਧੰਨਵਾਦ